डेरा सिरसा के मुखी गुरमीत राम रहीम सिंह बरगारी बेअदबी कांड का मुख मुलजम बनाए प्रधान विरुद्ध अज डेरा प्रेमियों का एक वफद समाज सेवी ते वातावरण प्रेमी इंस्पैक्टर प्यारा सिंह मोहनपुर की अगवाई हेठ दिल्ली विखे मैंबर पार्लीमेंट श्री हंसराज हंस नूं मिलिया अते एक मेमोरेंडम भी उन्होंने इस वक्त दिता गया। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਪਿਆਰਾ ਸਿੰਘ, ਇੰਸਪੈਕਟਰ ਮਾਹੁੰਦਪੁਰ। ਤੁਸੀਂ ਜੀ ਜੋ ਹੰਸਰਾਜ ਜੀ ਨੂੰ ਭਾਜਪਾ ਐਮਪੀ ਨੇ ਜੋ ਉਹਨਾਂ ਨੂੰ ਮਿਲ ਕੇ ਆਏ ਹੋ ਤੇ ਤੁਸੀਂ ਉਹਨੂੰ ਕਿਉਂ ਮਿਲ ਕੇ ਆਏ ਜੀ, ਕੀ ਕਾਰਨ ਸੀ ਮਿਲਣ ਦੇ? ਸਾਡਾ ਉਹਨਾਂ ਨੂੰ ਮਿਲਣ ਦਾ ਕਾਰਨ ਜੀ ਇਹ ਸੀ ਜੀ, ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਸਾ ਜੋ ਸਾਡੇ ਗੁਰੂ 4 ਸਾਲ ਤੋਂ ਜੇਲ੍ਹ ਦੇ ਅੰਦਰ ਨੇ, ਉਹਨਾਂ ਨੂੰ ਅਸੀਂ ਇਹੀ ਦੱਸਣ ਗਏ ਵੀ ਸਾਡੇ ਗੁਰੂ 1001% ਨਿਰਦੋਸ਼ ਨੇ, 134 ਮਾਨਵਤਾ ਭਲਾਈ ਦੇ ਕੰਮ ਕਰਦੇ ਆ, ਉਹਨਾਂ ਨੂੰ ਬਿਨਾਂ ਸ਼ਰਤ ਤੋਂ ਰਿਹਾ ਕੀਤਾ ਜਾਵੇ, ਕਿਉਂਕਿ ਜਿਹੜਾ ਸਾਡੀ ਦੁਨੀਆ ਗੀ ਅਤੇ ਨਵੇਂ ਲੜਕੇ ਨੇ ਉਹ ਨਸ਼ੇ ਦੀ ਗ੍ਰਿਫਤ 'ਚ ਮਰ ਰਹੇ ਨੇ, ਉਹਨਾਂ ਦੀ ਜਵਾਨੀ ਬਚਾਈ ਜਾਵੇ ਅਤੇ ਸਾਡੇ ਦੇਸ਼ ਨੂੰ ਬਚਾਇਆ ਜਾਵੇ, ਇਸ ਕਰਕੇ ਉਹਨਾਂ ਕੋਲ ਅਸੀਂ ਆਪਦੀ ਪੁਕਾਰ ਲੈ ਕੇ ਗਏ ਸੀ ਜੀ। ਅਤੇ ਤੁਹਾਡੇ ਨਾਲ ਹੋਰ ਕੌਣ ਕੌਣ ਸੀ, ਤੁਹਾਡੇ ਸੰਸਥਾ ਦੇ ਜਿਹੜੇ ਤੁਹਾਡੇ ਨਾਲ ਹੋਣਗੇ ਕੌਣ ਕੌਣ ਸੀਗੇ ਜੀ? ਮੇਰੇ ਨਾਲ ਦੇਖੋ ਗੁਰਜੰਟ ਸਿੰਘ ਅਸਥਾਨ ਵਾਲੇ, ਜਿਹੜੇ ਕਿ ਪਿਤਾ ਜੀ ਦੇ ਨਾਲ 40 ਸਾਲ ਉਹਨਾਂ ਦੇ ਦੋਸਤ ਰਹੇ ਨੇ ਗੁਰਜੰਟ ਸਿੰਘ, ਅਤੇ ਮਿੱਠੂ ਸਿੰਘ ਉਹਨਾਂ ਦੀ ਸਾਰੀ ਨੂੰ ਵੱਧ ਜ਼ਿੰਦਗੀ 'ਚ ਉਹ ਦੋਨੇ ਪ੍ਰੇਮੀ ਰਹੇ ਨੇਗੇ ਮੇਰੇ ਨਾਲ, ਆਪਣੇ ਹਰਜਿੰਦਰ ਸਿੰਘ ਜੋਧਪੁਰ, ਅਤੇ ਆਪਣੇ ਗੁਰਦੀਪ ਸਿੰਘ ਬਰਨਾਲਾ, ਅਤੇ ਮੇਲਾ ਸਿੰਘ ਮਾਨਕਮਾਰਾ, ਅਤੇ ਪੰਮੀ ਬਾਈ ਮਲੇਰਕੋਟਲਾ ਪਿਆਰਾ ਸਿੰਘ। ਤੁਹਾਨੂੰ ਫਿਰ ਕੀ ਵਿਸ਼ਵਾਸ ਦਵਾਇਆ ਜੀ ਐਮ ਪੀ ਸਾਹਿਬ ਨੇ ਹੰਸਰੀ ਹੰਸਰਾਜ ਜੀ ਨੇ? ਉਹਨਾਂ ਦਾ ਜੋ ਵਿਸ਼ਵਾਸ ਸੀ ਉਹ ਕਹਿਣ ਸੁਣਨ ਤੋਂ ਬਾਹਰ ਹੀ ਆ, ਮੇਰੇ ਕੋਲ ਕੋਈ ਸ਼ਬਦ ਨਹੀਂ ਜਿਹੜੇ ਮੈਂ ਹੰਸਰਾਜ ਹੰਸ ਜੀ ਦਾ ਤਹਿ ਦਿਲੋਂ ਧੰਨਵਾਦ ਕਰ ਸਕਾਂ ਵੀ ਜੋ ਉਹਨਾਂ ਨੇ ਸਾਨੂੰ ਸ਼ਬਦ ਵਰਤੇ। ਮੈਂ ਕਹਿੰਦਾ ਵੀ ਉਹ ਅੱਜ ਤੱਕ ਮੈਂ ਆਪਦੀ 60 ਸਾਲ ਦੀ ਉਮਰ 'ਚ ਪਹਿਲੇ ਐਮ ਪੀ ਦੇਖੇ ਨੇ ਉਹ। ਅਤੇ ਤੁਹਾਨੂੰ ਫਿਰ ਕਿਸ ਤਰ੍ਹਾਂ ਲੱਗਿਆ ਜੀ ਮਿਲ ਕੇ ਉਹਨਾਂ ਨੂੰ? ਉਹਨਾਂ ਨੂੰ ਮਿਲਣ ਦਾ ਇਹੀ ਸੀਗਾ ਜੀ, ਸਾਡੇ ਨਾਲ ਬਾਬਾ ਮੇਜਰ ਸਿੰਘ ਜੀ ਸੀਗੇ ਨਾਲ ਜਥੇਦਾਰ ਤਰਨਾ ਦਲ, ਅਤੇ ਉਹਨਾਂ ਦੇ ਜ਼ਰੀਏ ਨਾਲ ਹੀ ਅਸੀਂ ਗਏ ਸੀਗੇ, ਅਤੇ ਪਰ ਸਾਡਾ ਜਾਣ 'ਤੇ ਜੋ ਉਹਨਾਂ ਨੇ ਨਿੱਘਾ ਸਵਾਗਤ ਕੀਤਾ ਅਤੇ ਸਾਡਾ ਚਾਹ ਪਾਣੀ ਦਾ ਬਹੁਤ ਹੀ ਕੀਤਾ, ਜੇ ਕਿਤੇ ਸਾਡੇ ਸਾਰੇ ਐਮ ਪੀ ਇਹੋ ਜਿਹੇ ਹੁਣ ਤਾਂ ਸਾਡੇ ਹਿੰਦੁਸਤਾਨ 'ਚ ਇਹ ਗੁਰੂ ਪੀਰਾਂ ਦੀ ਧਰਤੀ 'ਚ ਰਾਮ ਰਾਜ ਆਉਣ 'ਚ ਕੋਈ ਟਾਈਮ ਨਹੀਂ ਲੱਗਣਾ ਗਾ ਜੀ। ਤੁਸੀਂ ਜੀ ਮੈਂ ਤੁਹਾਡਾ ਉਹ ਜਿਹੜਾ ਤੁਸੀਂ ਮੈਂਬਰ ਨੂੰ ਦੇਖ ਕੇ ਆਏ ਹੋ ਉਹ ਮੈਂ ਪੜ੍ਹਿਆ ਵੀ ਆ, ਅਤੇ ਤੁਸੀਂ ਉਹ ਪੀ ਐੱਮ ਸਾਹਿਬ ਦੇ ਨਾਲ ਮੀਟਿੰਗ ਬਾਰੇ ਇਹਨਾਂ ਨੂੰ ਵਿਚਾਰ ਕਰੀ, ਇੱਕ ਵੈਸੇ ਇਹਨਾਂ ਨੂੰ ਮੈਮੋਰੈਂਡਮ ਹੀ ਦਿੱਤਾ ਗਾ? ਨਹੀਂ, ਉਹ ਪੀ ਐੱਮ ਨਾਲ ਜਿਹੜਾ ਮੈਮੋਰੈਂਡਮ ਦਿੱਤਾ ਉਹ ਪੀ ਐੱਮ ਨਾਲ ਮੀਟਿੰਗ ਕਰਨ ਵਾਸਤੇ ਹੀ ਦਿੱਤਾ ਵੀ ਸਰ ਸਾਨੂੰ ਆਪਣੇ ਮੋਦੀ ਸਾਹਿਬ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਅਸੀਂ ਉਹਨਾਂ ਕੋਲ ਆਪਦੀ ਪੁਕਾਰ ਰੱਖਣਾ ਚਾਹੁੰਦੇ ਹਾਂ ਵੀ ਸਾਡਾ ਗੁਰੂ ਨਿਰਦੋਸ਼ ਆ ਜੀ। ਠੀਕ ਹੈ ਜੀ। ਅਤੇ ਫਿਰ ਉਹਨਾਂ ਨੇ ਕੀ ਵਿਸ਼ਵਾਸ ਦਵਾਇਆ ਵੀ ਤੁਹਾਨੂੰ ਸਮਾਨ ਦਿੱਤਾ ਜਾਊਗਾ ਮਿਲਣ ਵਾਸਤੇ? ਉਹਨਾਂ ਨੇ ਇਹੀ ਸਾਨੂੰ ਵਿਸ਼ਵਾਸ ਦਵਾਇਆ ਵੀ 100% ਤੁਹਾਨੂੰ ਅਸੀਂ ਉਹਨਾਂ ਨਾਲ ਇੱਕ ਵਾਰੀ ਤੁਹਾਡੀ ਮੀਟਿੰਗ ਕਰਵਾਵਾਂਗੇ, ਬਾਕੀ ਮੋਦੀ ਜੀ ਸਾਹਿਬ ਜਾਣ, ਮੋਦੀ ਜੀ ਦਾ ਸਾਹਿਬ ਦਾ ਕੰਮ ਜਾਣੇ। ਰਵਿੰਦਰ ਸਿੰਘ ਜੀ, ਜੋਧਪੁਰ। ਤੁਸੀਂ ਮਿਲ ਕੇ ਆਏ ਹੋ ਜੀ ਆਪਣੇ ਸ਼੍ਰੀ ਹੰਸਰਾਜ ਜੀ ਨੂੰ ਭਾਜਪਾ ਜੋ ਐਮ ਪੀ ਨੇ, ਹਾਂਜੀ, ਅਤੇ ਤੁਹਾਨੂੰ ਮਿਲ ਕੇ ਕਿਵੇਂ ਲੱਗਿਆ ਉਹਨਾਂ ਨੂੰ? ਬਹੁਤ ਵਧੀਆ ਲੱਗਿਆ ਜੀ, ਬਹੁਤ ਵਧੀਆ ਰਿਸਪੈਕਟ ਕੀਤੀ ਸਾਡੀ, ਔਰ ਮਤਲਬ ਕਿ ਜੇ ਇਹੋ ਜਿਹੇ ਐਮ ਪੀ ਹੋਣ ਤਾਂ ਸਤਿਯੁਗ ਆਉਣ 'ਚ ਕੁਛ ਬਾਹਲਾ ਟਾਈਮ ਨਹੀਂ ਲੱਗਣਾ ਜੀ। ਜੋ ਤੁਸੀਂ ਲੈ ਕੇ ਗਏ ਸੀ ਉਹਨਾਂ ਕੋਲ ਆਪਣਾ ਕੋਈ ਵਿਚਾਰ, ਅਤੇ ਉਹਨਾਂ ਬਾਰੇ ਉਹਨਾਂ ਨੇ ਤੁਹਾਨੂੰ ਕੀ ਵਿਸ਼ਵਾਸ ਦਵਾਇਆ ਵੀ ਮੰਨਾਂਗੇ ਤੁਹਾਡੀਆਂ ਮੰਗਾਂ? ਬਹੁਤ ਧਿਆਨ ਨਾਲ ਉਹਨਾਂ ਨੇ ਸੁਣਿਆ ਜੀ ਸਾਡਾ, ਬਹੁਤ ਵਧੀਆ ਸਾਨੂੰ ਉਹਨਾਂ ਨੇ ਸਲੂਕ ਕੀਤਾ, ਸਾਨੂੰ ਉਹਨਾਂ ਨੇ ਪੂਰਾ ਵਿਸ਼ਵਾਸ ਦਵਾਇਆ ਗਾ ਜੀ। ਧੰਨਵਾਦ। ਥੈਂਕ ਯੂ।